1937 ਲੈ ਜਨਾਬ ਉੱਥੇ ਦੀ ਸਾਡੀ ਪੈਦਾਇਸ਼ ਹੈ ਅਤੇ ਮੇਰੇ ਬਾਪ ਦਾ ਨਾਂ ਤਾਂ ਮੈਨੂੰ ਨਹੀਂ ਸੀਲਮ ਵੀ ਕਿਹੜਾ ਮੇਰਾ ਬਾਪ ਹੈ ਜਾਂ ਕਿਹੜਾ ਨਹੀਂ ਹੈ। ਪਾਕਿਸਤਾਨ ਵਿੱਚ 1937 ਆਇਲ ਤਿੰਨੀ ਚੌਥਾ ਹੀ ਸਾਡੇ ਮੁਰੱਬੇ ਸੀ ਅਤੇ ਚਾਚੀ ਚਾਚਾ ਜੀ ਇੱਥੇ ਰਹਿੰਦੇ ਸੀ ਤਾਂ ਉਹਨਾਂ ਕੋਲ ਮੈਨੂੰ ਛੱਡ ਗਿਆ ਸੀ ਉੱਦਾਂ ਹੀ ਵੀ ਤੁਸੀਂ ਇਕੱਲੇ ਹਾਂ ਤਾਂ ਬੱਚੀ ਨੂੰ ਮੇਰੀ ਨੂੰ ਰੱਖ ਲਓ ਰੋਇਆ ਨਾ ਕਰੋ। ਨਿਸ਼ਾਨੀ ਕਹਿੰਦੇ ਸੀ ਇੱਕ ਤਾਂ ਦੋ ਅੰਗੂਠੇ ਸੀਗੇ ਅਤੇ ਉਹਨਾਂ ਨੇ ਪੁੱਛਿਆ ਵੀ ਇਹ ਨੌਂ ਹੈਗਾ ਜਿਹੜਾ ਥੱਲੇ ਦੂਸਰਾ ਅੰਗੂਠਾ ਇਹਨਾਂ ਨੇ ਦੱਸਿਆ ਨੌਂ ਹੈ ਅਤੇ ਇੱਕ ਕਹਿੰਦੇ ਸੀ ਪੱਟ 'ਤੇ ਇੱਥੇ ਨੀਲ ਕਹਿ ਦਿੰਦੇ ਸਾਡੇ ਲਸਣ ਕਹਿੰਦੇ ਸੀ ਕਹਿੰਦੇ ਵੀ ਪੱਟ 'ਤੇ ਲਸਣ ਆ ਅਤੇ ਫਿਰ ਇਹ ਕਹਿੰਦੇ ਵੀ ਸਾਨੂੰ ਵੀ ਨਹੀਂ ਪਤਾ ਫਿਰ ਬੱਚਿਆਂ ਨੇ ਦੇਖਿਆ ਉਹ ਦੱਸਿਆ ਅਤੇ ਪਹਿਲਾਂ ਤੋਂ ਇਹਨਾਂ ਦੇ ਵਾਲ ਵੀ ਕੱਟੇ ਹੋ ਸੀਗੇ ਤਿੰਨ ਨਿਸ਼ਾਨੀਆਂ ਪੱਕੀਆਂ ਰਲ ਗਈਆਂ। ਇਹ ਅੰਗੂਠਾ ਸੀ ਇਹ ਪੱਕੀ ਨਿਸ਼ਾਨੀ ਸਾਰਿਆਂ ਨਾਲੋਂ ਕਿ ਇਹ ਉਹਨੇ ਵੇਖੀ ਵਿੱਚ ਫਿਲਮ ਦੇ ਵੇਖ ਕੇ ਉਹਨੇ ਆਖਿਆ ਤੂੰ ਲੜਕਾ ਸਾਡਾ। ਅਸੀਂ ਤਾਂ ਬਹੁਤ ਖੁਸ਼ ਹੋਏ ਇਸ ਪਾਕਿਸਤਾਨ ਦੇ ਅਸੀਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਅਤੇ ਇਸ ਵੇਲੇ ਮੈਂ ਤਾਂ ਆਪਣੇ ਇੱਕ ਵੀਰ ਨੂੰ ਲੱਜਣ ਆਈ ਸੀ ਤਾਂ ਮੈਨੂੰ ਸਾਰਾ ਪਾਕਿਸਤਾਨ ਮੇਰਾ ਆਪਣਾ ਬਣ ਗਿਆ। ਹੁਣ ਇੱਥੇ ਵੀ ਆ ਗਏ ਹਾਂ ਤਾਂ ਵੀ ਮਗਰ ਫੋਨ ਆਉਂਦੇ ਆ ਹਰ ਇੱਕ ਰੋਜ਼ ਦੋ ਤਿੰਨ ਫੋਨ ਆ ਜਾਂਦੇ ਆ ਭੈਣ ਕਿੱਦਾਂ ਲੱਗਾ ਕਿੱਦਾਂ ਵੀਰ ਨੂੰ ਮਿਲਿਆ। ਮੇਰੀ ਐਡੀ ਕੁ ਦੋਹਤੀ ਆ ਉਹ ਵੀ ਪੁੱਛਦੀ ਸੀ ਆਪਣੀ ਮਾਂ ਨੂੰ ਵੀ ਮੰਮੀ ਜਦੋਂ ਮੰਮੀ ਬੀਜੀ ਤਾਂ ਮਾਮਾ ਜੀ ਮਿਲੇ ਹੋਣਗੇ ਕਿੱਦਾਂ ਮਿਲੇ ਹੋਣਗੇ। ਬੱਚੇ ਵੀ ਸਾਡੇ ਇੰਨਾ ਇੰਨਾ ਬਹੁਤ ਪੁੱਛਦੇ ਆ ਪਿਆਰ ਕਰਦੇ ਆ ਜਾ ਬਹੁਤ ਜ਼ਿਆਦਾ ਖੁਸ਼ ਆ। ਕੁਝ ਹੁਣ ਸਾਡੇ ਵਾਲਦ ਸਾਹਿਬ ਦਾ ਨਾਂ ਅਬਦੁਲ ਖਾਲਕ ਹੈ ਜਦੋਂ ਕਿ ਪਹਿਲਾ ਨਾਂ ਇਹਨਾਂ ਦਾ ਮੋਹਨ ਸਿੰਘ ਸੀ ਅਤੇ ਜਿਹੜੇ ਸਾਡੇ ਦਾਦਾ ਜੀ ਸੀ ਉਹਨਾਂ ਦਾ ਨਾਮ ਊਧਮ ਸਿੰਘ ਸੀ। ਹੁਣ ਸਾਡੇ ਦਾਦਾ ਜੀ ਦੇ ਸਾਨੂੰ ਨਾਂ ਦਾ ਜਦੋਂ ਪਤਾ ਲੱਗਿਆ ਅਤੇ ਅਸੀਂ ਬਕਾਇਦਾ ਉਹਨਾਂ ਦੇ ਨਾਂ ਦਾ ਬੋਰਡ ਲਾਇਆ ਜਦੋਂ ਕਿ ਪਹਿਲੇ ਅਸੀਂ ਨਾਂ ਵੀ ਨਹੀਂ ਸੀ ਲਿਖ ਸਕਦੇ। ਅਸਲਾਮ ਅਲੈਕੁਮ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਨਾਸਰ ਢਿੱਲੋਂ, ਤੁਸੀਂ ਜੁੜਿਓ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਇੱਕ ਬਹੁਤ ਹੀ ਖੂਬਸੂਰਤ ਸੋਹਣਾ ਵੀਡੀਓ ਅੱਜ ਦਾ ਲੈ ਕੇ ਆਏ ਹਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਬੋਰਡ ਤੁਸੀਂ ਪੜ੍ਹਿਆ ਹੈਗਾ ਡੇਰਾ ਅਬਦੁਲ ਖਾਲਕ ਸਨ ਆਫ ਊਧਮ ਸਿੰਘ ਨਿੱਜਰ ਜੱਟ। ਇਹ ਅਬਦੁਲ ਖਾਲਕ ਜਿਨ੍ਹਾਂ ਦਾ ਕਿ ਪਹਿਲੋਂ ਨਾਮ ਮੋਹਨ ਸਿੰਘ ਸੀ, ਇਹ 6 ਸਾਲ ਦੇ ਬੱਚਾ ਸੀ, ਇੱਥੇ ਰਹਿ ਗਏ ਸੀ, ਪੇਰੈਂਟਸ ਜਿਹੜੇ ਉਹਨਾਂ ਦੀ ਮਰਡਰ ਹੋ ਗਿਆ ਸੀ। 75 ਸਾਲਾਂ ਬਾਅਦ ਜਵੇਦ ਇਕਬਾਲ ਗੁੱਜਰ ਅਤੇ ਉਧਰੋਂ ਸਾਡੇ ਦੋਸਤ ਹਰਜੀਤ ਜੰਡਿਆਲਾ, ਉਹਨਾਂ ਦੀ ਕੋਸ਼ਿਸ਼ ਦੇ ਨਾਲ ਇਹਨਾਂ ਦੋਵਾਂ ਖਾਨਦਾਨਾਂ ਦਾ ਮਿਲਾਪ ਹੋਇਆ। ਖਾਨਦਾਨ ਕੌਣ ਨੇ? ਖਾਨਦਾਨ ਉਹਨਾਂ ਦੀ ਸਗੀ ਭੈਣ ਅਤੇ ਉਹਨਾਂ ਦੇ ਚਾਚਾ ਜੀ। ਸਗੀ ਭੈਣ ਅਤੇ ਉਹਨਾਂ ਦੇ ਘਰ ਵਾਲੇ ਹੁਣ ਇੱਥੇ ਪਾਕਿਸਤਾਨ ਉਹਨਾਂ ਦੇ ਕੋਲ ਉਹਨਾਂ ਦੇ ਡੇਰੇ ਆਏ ਨੇ। ਉਹਨਾਂ ਨਾਲ ਅੱਜ ਦੀ ਮੁਲਾਕਾਤ ਹੈ ਤੁਹਾਡੀ ਸਾਰਿਆਂ ਦੀ, ਉਹਨਾਂ ਦੀ ਕਹਾਣੀ ਆ ਵੀ ਉਹਨਾਂ ਨਾਲ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਫਿਰ ਉਹਨਾਂ ਦਾ ਮਿਲਾਪ ਹੋਇਆ, ਦੀ 47 ਦੀ ਵੰਡ ਨੇ ਕਿੰਨੇ ਖਾਨਦਾਨਾਂ ਨੂੰ ਜਿਹੜਾ ਵਾ ਵੱਖੋ ਵੱਖ ਕਰ ਦਿੱਤਾ। ਉਹ ਬਹੁਤ ਸਾਰੇ ਐਸੇ ਖਾਨਦਾਨ ਹੁਣ ਵੀ ਅੱਜ ਵੀ ਮੁੰਤਜ਼ਰ ਨੇ, ਉਡੀਕ ਦੇ ਵਿੱਚ ਨੇ ਕਦੋਂ ਉਹਨਾਂ ਦੇ ਪਿਆਰੇ, ਕਦੋਂ ਉਹਨਾਂ ਦੇ ਸਾਕ, ਕਦੋਂ ਉਹਨਾਂ ਦੇ ਰਿਸ਼ਤੇਦਾਰ ਇੱਕ ਦੂਜੇ ਨੂੰ ਮਿਲਣ। ਸੋ ਇਹਦੇ 'ਤੇ ਕੰਮ ਕਰਦੇ ਰਹੀਦਾ, ਕੋਸ਼ਿਸ਼ ਕਰਦੇ ਰਹੀਦਾ ਉਹਨਾਂ ਲੋਕਾਂ ਨੂੰ ਮਿਲਾਉਣ ਦੀ, ਆਪਸੀ ਗੱਲਬਾਤ ਕਰਾਉਣ ਦੀ, ਉਹਨਾਂ ਦੇ ਟੁੱਟੇ ਤੰਦਾਂ ਜਿਹੜੀਆਂ ਉਹ ਜੋੜਨ ਦੀ ਕੋਸ਼ਿਸ਼ ਕਰਦੇ ਰਹੀਦਾ। ਸੋ ਅੱਜ ਬੜਾ ਖੁਸ਼ੀ ਦਾ ਦਿਨ, ਉਹ ਆਏ ਨੇ ਇੱਥੇ, ਭੈਣ ਇਹਨਾਂ ਦੀ ਜਿਹੜੀ ਆ ਉਹ ਪਾਕਿਸਤਾਨ ਉਹਨਾਂ ਦੇ ਡੇਰੇ 'ਤੇ ਪਹੁੰਚੀ ਹੈ। ਸੋ ਉਹਨਾਂ ਨਾਲ ਕੀ ਗੱਲਾਂ ਬਾਤਾਂ ਹੋਣੀਆਂ ਚੱਲ ਕੇ ਵੇਖਦੇ ਆਪਾਂ, ਅਤੇ ਅੱਜ ਦਾ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ। ਜਨਾਬ ਮੇਰਾ ਨਾਂ ਅਬਦੁਲ ਖਾਲਕ, ਚੱਕ ਨੰਬਰ 371 EB। ਉਸ ਤੋਂ ਬਾਅਦ ਮੁਹੰਮਦ ਦੀਨ ਲਮਰਦਾਰ ਹੈ ਜਿਸ ਨੇ ਮੈਨੂੰ ਪਾਲਿਆ। ਉਸ ਤੋਂ ਪਰਵਰਿਸ਼ ਕਰਨ ਤੋਂ ਬਾਅਦ ਮੈਂ ਜਵਾਨ ਹੋਇਆ, ਉਸਨੇ ਮੇਰੀ ਸ਼ਾਦੀ ਕੀਤੀ ਆਪ ਦੇ ਵਿੱਚ ਹੀ, ਆਪਦੇ ਸਾਲੇ ਦੀ
लड़की जी मेरे घर से वलदइयत की जीड़ी असल मोहम्मदीन रमायत लिखाई है पर मोहम्मदीन है नहीं सी कि लोग कहते सन सारे कि तू खतरियों का मुंडा मोहम्मदीन जरा बाद साहब से मेरा असल नहीं सी ते उन्हें मैंने दसाया कि तू मेरा लड़का नहीं है। 37-12 ले जनाब उत्थे दी साडी पैदाइश है ते मेरे बाप दा नां दा मैनू नहीं सी इलम केड़ा मेरा बाप है जां केड़ा नहीं है ते मैं जनाब उत्थों निकलिया किधरे किसे कमाद दे लुक के माए बाप कतलाम हो गए ते मैं लुक के किधरे निकलिया निकलिया तो बाद जनाब के मैनू वरियाम बेलदार सी नीली बार दा कि उन्हें मैनू उत्थों चाया है चाह के उठते बाया उठते बा के फिर इत्थे लैंदा 373 दे विच ओ जनाब कोई सानू उन्हें महीना क रखा उस तो बाद ओ जनाब फौत हो चुका। फिर जनाब असी आस्ते आस्ते असी उत्थों निखणना शुरू कर दिता ओ जनाब के खिलर खुलर गए सी असी उत्थों चले आ मैं चलिया जनाब तो मैं आ गया मोहम्मदीन को लंबरदार को 371 इत्थे आया तो बाद जनाब असी उन्हें मेरी परवरिश की मुसलमान किया सुनते बाया कि मैं जवान होया जवान होने तो बाद मेरी शादी हुई शादी तो बाद जनाब के मेरे बच्चे भी जो हुए इस वक्त मेरे 6 बेटे ने उस तो बाद कि जनाब ए लाट से रकबा जड़ा सी मैंने मोहम्मदीन ने पवाया ये मेरे नाँ से इन्हें से वलदइयत से मोहम्मदीन नहीं सी ये मैंने दसाया सी कि तू मेरा लड़का नहीं है। ए पिछले साल दे विच जनाब कि जवेद इकबाल जड़ा है वो मेरे को आया इत्थे 2-3 वारी 2-3 दफा जिसले आया फिर मैनू आंदा मैं तेरा इंटरव्यू करना है। मैं क्या भी मेरी उम्र गुजर गई है 60-65 साल गुजर गया है 70-75 साल तो मैं नहीं ये काम करता मैं इनकार की। वो फिर चला गया फिर मेरे को आया फिर जनाब मेरे पुत्रा भी आख्या तो जुबेद इकबाल ने भी आख्या कि नहीं तू दे इंटरव्यू। मैं इंटरव्यू दे देता चाचा मेरा इंडिया तो उत्तों उन्हें भी भरया सी उन्हें आख्या जी कि यह लड़का साडा है यह लड़का साडा है। फिर जी जवेद इकबाल इत्थे आया इत्थे उन्हें साडी फिल्म फूलम भरी परंत बजा कि उन्हें विच फिल्म दे उन्हें वेख्या वेख के मैनू उन्हें आख्या तू लड़का साडा निशानियां पका ली निशानियां जनाब गूठा सी मेरा ए गूठा सी ए पक्की निशानी सारे नालों कि ए उन्हें वेखी विच फिल्म दे वेख के उन्हें आख्या तू लड़का साडा। उस तो बाद जनाब कि असी सानू उन्होंने करतारपुर सद्या करतारपुर असी सारे गए हाँ कम से कम भी 30-40 बंदे गए असी उत्थे सानू मिलिया चाचा साहब 3 बंदे मिले ने सानू उत्थे 2 जनानियां ने एक आप है चाचा साहब असी उत्थे मिले हैं जफियां पाईयां ने सब कुछ वेख्या एक दूजे निशानियां वेखियां ने निशानियां वेख के उन्हें आख्या नहीं जी तू साडा। अच्छा जी फिर मैनू पता लगा है कि मेरा बाप और मेरे वालद जेड़े ने खानदान ने जेड़े अंक साक ने जेड़े मेरे इंडिया ने उन्हें जनाब चाचे साढ़े ने सारे फोन खड़का दिते कि मेरी जेड़ी एक भैन सी सकी वो सी अपने कनेडा ते उन्होंने भी दस्या दसन तो बावजूद जनाब कि 2 महीने जनाब डे आए
ਸਾਡੇ ਨਾਲ ਗੱਲ ਹੁੰਦੀ ਰਹੀ ਹੈ ਬਿਲਕੁਲ ਤੇ ਜਾਂਦੇ ਸੀ ਮਿਲਦਾ ਜਨਾਬ ਅਤੇ ਮਿਹਰਬਾਨੀ ਹੋਣੀ ਚਾਹੀਦੀ ਜਨਾਬ ਸਾਰਿਆਂ ਦੀ ਅਤੇ ਸਾਨੂੰ ਵਿਜੇ ਮਿਲਣੇ ਚਾਹੀਦੇ ਨੇ ਆਈਏ ਜਾਈਏ ਭੈਣ ਭਰਾ ਦੇ ਔਰ ਮਿਲੀਏ ਜੁੜੀਏ ਅਤੇ ਇਹ ਮਿਹਰਬਾਨੀ ਗੌਰਮੈਂਟ ਦੀ ਹੋਣੀ ਚਾਹੀਦੀ ਜਨਾਬ ਅਸੀਂ ਮੁਸਲਮਾਨ ਹਾਂ ਅਤੇ ਉਹ ਜਿਹੜਾ ਮਜ਼ਹਬ ਸਿੱਖਾਂ ਦਾ ਹੈ ਅਤੇ ਖੂਨ ਸਾਡਾ ਇੱਕ ਹੀ ਹੈ ਜਨਾਬ ਅਤੇ ਇਸ ਵਾਸਤੇ ਕਰਕੇ ਮਿਹਰਬਾਨੀ ਹੋਣੀ ਚਾਹੀਦੀ ਹੈ ਕਿ ਸਾਨੂੰ ਰਾਹ ਸਾਡੇ ਖੁੱਲ੍ਹੇ ਹੋਣੇ ਚਾਹੀਦੇ ਨੇ ਸਾਨੂੰ ਵਿਜੇ ਮਿਲਣੇ ਚਾਹੀਦੇ ਨੇ ਅਤੇ ਅਸੀਂ ਇੱਕ ਦੂਜੇ ਨੂੰ ਮਿਲੀਏ ਜੁੜੀਏ ਇੰਡੀਆ ਦਾ ਵੀ ਔਰ ਕਨੇਡਾ ਦਾ ਵੀ ਅਤੇ ਸਾਨੂੰ ਇਹ ਮਿਹਰਬਾਨੀ ਹੋਣੀ ਚਾਹੀਦੀ ਹੈ ਮੇਰਾ ਨਾਮ ਹਰਮਨਪੁਰ ਆ ਜੀ ਅਤੇ ਮੇਰੀ ਉਮਰ ਹੈਗੀ ਆ 78 ਓਲਡ ਆ ਮੈਂ ਮੇਰੇ ਫਾਦਰ ਸਾਹਿਬ ਦਾ ਨਾਂ ਸਰਦਾਰ ਊਧਮ ਸਿੰਘ ਸੀ ਬਾਬਾ ਜੀ ਦਾ ਨਾਂ ਅਰਜਨ ਸਿੰਘ ਸੀ ਪਾਕਿਸਤਾਨ ਵਿੱਚ 37-12 ਐਲ ਅਤੇ ਜਿੱਥੇ ਮੈਂ ਰਹਿੰਦੀ ਸੀ ਉਹ ਡੀਲੀ ਬਾਰ ਕਹਿੰਦੇ ਸੀ ਪਿੰਡ ਪਤਾ ਨਹੀਂ ਜੋ ਮੈਨੂੰ ਪਤਾ ਮੈਨੂੰ ਪਿੰਡ ਦਾ ਨਹੀਂ ਪਤਾ ਮੈਂ ਆਪਣੇ ਚਾਚੀ ਚਾਚੇ ਕੋਲ ਸੀਗੀ ਉਹਨਾਂ ਕੋਲ ਬੱਚਾ ਹੈ ਨਹੀਂ ਸੀ ਤਾਂ ਮੇਰੇ ਫਾਦਰ ਸਾਹਿਬ ਉਹਨਾਂ ਕੋਲ ਮੈਨੂੰ ਉੱਦਾਂ ਹੀ ਛੱਡ ਗਏ ਜਿੱਦਾਂ ਫੈਮਿਲੀ 'ਚ ਪਿਆਰ ਸੀ ਤਿੰਨੀ ਚੌਥਾਂ ਹੀ ਸਾਡੇ ਮਰੱਬੇ ਸੀ ਅਤੇ ਚਾਚੀ ਚਾਚਾ ਜੀ ਇੱਥੇ ਰਹਿੰਦੇ ਸੀ ਤਾਂ ਉਹਨਾਂ ਕੋਲ ਮੈਨੂੰ ਛੱਡ ਗਿਆ ਸੀ ਉੱਦਾਂ ਹੀ ਵੀ ਤੁਸੀਂ ਇਕੱਲੇ ਹਾਂ ਤਾਂ ਬੱਚੀ ਨੂੰ ਮੇਰੀ ਨੂੰ ਰੱਖ ਲਓ ਰੋਇਆ ਨਾ ਕਰੋ ਅਤੇ ਸਾਡੇ ਕੋਲ ਤਾਂ ਮੋਹਣ ਹੈਗਾ ਆ ਅਤੇ ਇਸ ਕਰਕੇ ਸਾਨੂੰ ਪਹਿਲਾਂ ਹੀ ਅਲੱਗ ਅਲੱਗ ਕਰ ਲਿਆ ਭੈਣ ਭਰਾ ਨੂੰ ਉਸ ਤੋਂ ਬਾਅਦ 47 'ਚ ਜਾਂ ਵੰਡ ਪੈ ਗਈ ਤਾਂ ਵੰਡ ਦੇ ਵਿੱਚ ਜਿਹੜੇ 37 ਚੱਕ ਸੀ ਪਰਿਵਾਰ ਸਾਡਾ ਬਹੁਤ ਵੱਡਾ ਪਰਿਵਾਰ ਸੀ ਦਾਦੀ ਬਾਬੇ ਚਾਚੇ ਤਾਏ ਭੂਆ ਫੁੱਫੀਆਂ ਉੱਥੇ ਹੀ ਸਾਰੇ ਕਤਲ ਹੋ ਗਏ ਅਤੇ ਜਿੱਥੇ ਅਸੀਂ ਸੀ ਅਸੀਂ 5 ਜੀ ਸੀ ਮੇਰੇ 2-3 ਚਾਚੇ ਮੈਂ ਅਤੇ ਮੇਰੀ ਚਾਚੀ ਜੀ ਉੱਥੋਂ ਅਸੀਂ 5 ਬਚ ਕੇ ਚਲ ਗਏ ਜਦੋਂ ਉੱਧਰ ਇੰਡੀਆ ਗਏ ਵਾਪਸ ਜਦੋਂ 2 ਕੰਟਰੀਆਂ ਬਣ ਗਈਆਂ ਉਹਨਾਂ ਨੂੰ ਫਿਰ ਉੱਥੋਂ ਮਹੀਨੇ ਬਾਅਦ ਉੱਪੜੇ ਹੋ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਵੀ ਸਾਡਾ ਪਰਿਵਾਰ ਸਾਰਾ ਉੱਥੇ ਕਤਲ ਹੋ ਗਿਆ ਮੇਰੇ ਫਾਦਰ ਸਾਹਿਬ ਸਰਦਾਰ ਊਧਮ ਸਿੰਘ ਉਹ ਵੀ ਇੱਥੇ ਕਤਲ ਹੋ ਗਿਆ ਮੇਰੀ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਉਹ ਵੀ ਇੱਥੇ ਕਤਲ ਹੋ ਗਿਆ ਸੀ ਜੋ ਉਸ ਟਾਈਮ ਉਹਨਾਂ ਦੇ ਬੱਚਾ ਹੋਣ ਵਾਲਾ ਸੀ ਉਹ ਵੀ ਉਹਨਾਂ ਨੇ ਗੋਲੀ ਮਾਰੀ ਬੱਚਾ ਗਿਰ ਗਿਆ ਤਾਂ ਉਹਨਾਂ ਦੇ ਵੀ ਗੋਲੀ ਮਾਰ ਕੇ ਨਹਿਰ ਵਿੱਚ ਡਿੱਗ ਪਏ ਉਹ ਵੀ ਇੱਥੇ ਕਤਲ ਹੋ ਗਿਆ ਸਾਨੂੰ ਤਾਂ ਉੱਥੇ ਜਾ ਕੇ ਮੇਰੇ ਚਾਚੀ ਚਾਚੇ ਨੂੰ ਮਹੀਨੇ ਬਾਅਦ ਪਤਾ ਲੱਗਾ ਵੀ ਸਾਡਾ ਪਰਿਵਾਰ ਸਾਰਾ ਹੀ ਉੱਥੇ ਕਤਲ ਹੋ ਗਿਆ ਇਸ ਕਰਕੇ ਉਹ ਮੇਰੇ ਚਾਚਾ ਜੀ ਜੋ ਪਿਤਾ ਜੀ ਬਣੇ ਸੀ ਉਹ ਵੀ ਉਹਨਾਂ ਦਾ ਵੀ ਦਿਮਾਗ ਖਰਾਬ ਹੋ ਗਿਆ ਸੋਚ ਸੋਚ ਕੇ ਅਤੇ ਉਹ 4 ਸਾਲ ਬਾਅਦ ਇੱਥੇ ਭਾਅ ਜੀ ਨੂੰ ਲੱਜਣ ਆਏ ਸੀ ਸਾਰੇ ਕਹਿੰਦੇ ਸੀ ਵੀ ਉਹ ਵਿੱਚੋਂ ਕੋਈ ਬੱਚਾ ਬਚ ਗਿਆ ਅਤੇ ਲੱਜਣ ਆਏ ਸੀ ਨਹੀਂ ਮਿਲਿਆ ਹੀ ਨਹੀਂ ਜੀ ਫਿਰ ਮੁੜ ਕੇ ਚਲ ਗਿਆ ਮੇਰਾ ਜਿਹੜਾ ਭਾਅ ਜੀ ਆ ਮੋਹਣ ਸਿੰਘ ਉਸ ਵੇਲੇ 6 ਜਾਂ 7 ਸਾਲ ਦਾ ਹੋਏਗਾ ਤਾਂ ਉਸ ਵੇਲੇ ਵਿਛੜ ਗਿਆ ਤਾਂ ਕਿਸੇ ਨੇ ਦੱਸ ਪਾਈ ਸੀ ਵੀ ਉਹਨੂੰ ਕੋਈ ਚੁੱਕ ਕੇ ਲੈ ਗਿਆ ਕੋਈ ਥਾਣੇਦਾਰ ਲੈ ਗਿਆ ਕਈਆਂ ਨੇ ਕਹਿਣਾ ਕੋਈ ਇੰਗਲੈਂਡ ਲੈ ਗਿਆ ਇੱਦਾਂ ਦੀਆਂ ਹਵਾਵਾਂ ਉੱਡਦੀਆਂ ਸੀ ਤਾਂ ਸਾਨੂੰ ਮਿਲਦੇ ਨਹੀਂ ਸੀਗੇ ਜਿਹੜੇ ਮੇਰੇ ਮਾਤਾ ਜੀ ਪਾਲਣ ਵਾਲੇ ਹਰ ਟਾਈਮ ਉਹਨਾਂ ਦੀਆਂ ਗੱਲਾਂ ਕਰਦੇ ਸੀ ਮੋਹਣ ਇੱਦਾਂ ਦਾ ਸੀ ਮੋਹਣ ਸੋਹਣਾ ਬਹੁਤ ਸੀ ਮੋਹਣ ਦੇ 2 ਗੂਠੇ ਸੀਗੇ ਅਤੇ ਇਹਨਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਮੇਰੇ ਫਾਦਰ ਸਾਹਿਬ ਦੀਆਂ ਬਹੁਤ ਗੱਲਾਂ ਹੁੰਦੀਆਂ ਸੀ ਉਹ ਘਰ ਦੇ ਮੋਹਰੀ ਸੀਗੇ ਅਤੇ ਹਰ ਥੈਂ ਹਰ ਡੇਰੇ 'ਚ ਉਹ ਜਾਂਦੇ ਸੀ ਜਿੱਥੇ ਵੀ ਕੋਈ ਲੋੜ ਆ ਉਹ ਉਹਨਾਂ ਦੀ ਪੂਰੀ ਕਰਦੇ ਸੀ ਅਤੇ ਇਹ ਤਾਂ ਵਾਹਾਂ ਉੱਡਦੀਆਂ ਸੀ ਵੀ ਮੋਹਣ ਹੈਗਾ ਆ ਪਰ ਮਿਲ ਨਹੀਂ ਸੀ ਰਿਹਾ ਉਸ ਵੇਲੇ ਆਹ ਇੰਟਰਨੈਟ ਦਾ ਵੀ ਹੈ ਨਹੀਂ ਸੀ ਸਮਾਂ ਪੇਪਰ ਉੱਪਰ ਵੀ ਇੰਨੇ ਪੜ੍ਹਿਓ ਲਿਖਿਓ ਵੀ ਨਹੀਂ ਸੀ ਪੇਪਰਾਂ 'ਚ ਵੀ ਕਿਸੇ ਨੇ ਨਹੀਂ ਦਿੱਤਾ ਉੱਦਾਂ ਚਾਹੁੰਦੇ ਸੀਗੇ ਮੇਰੇ ਚਾਚਾ ਜੀ ਜਿਹੜੇ ਸਰਵਣ ਸਿੰਘ ਆ ਉਹ ਬਹੁਤ ਟੋਲ ਰਹੇ ਸੀ ਉਹਨਾਂ ਨੂੰ ਜ਼ਿਆਦਾ ਪਤਾ ਸੀ ਇਹਨਾਂ ਬਾਰੇ ਅਤੇ ਉਹ ਹਰ ਟਾਈਮ ਇਹਨਾਂ ਨੂੰ ਟੋਲਦੇ ਸੀ ਕਈ ਵਾਰੀ ਮਸੀਤਾਂ 'ਚ ਵੀ ਨਹੀਂ ਜਾਣਾ ਵੀ ਕੋਈ ਮੁਸਲਮਾਨ ਵੀਰ ਮਿਲੇ ਜਿਹੜਾ ਉਸ ਟਾਈਮ ਦਾ ਸਾਰਿਆਂ ਨੂੰ ਜਾਣਦਾ ਸਾਨੂੰ ਦੱਸੇ ਵੀ ਕਿੱਥੇ ਹੈਗਾ ਉਹ ਬੱਚਾ ਇੰਨਾ ਸਾਰਿਆਂ ਨੂੰ ਪਤਾ ਸੀ ਵੀ ਹੈਗੇ ਆ ਪਰ ਇੰਨਾ ਨਹੀਂ ਸੀ ਪਤਾ ਵੀ ਕਿੱਥੇ ਆ ਮੇਰੇ ਜਿਹੜੇ ਚਾਚਾ ਜੀ ਸੀ ਨਾ ਸਰਵਣ ਸਿੰਘ ਉਹ 4-5 ਸਾਲ ਤੋਂ ਬਾਅਦ ਤੋਂ ਪਹਿਲਾਂ ਹੀ ਉਹ ਇੰਟਰਵਿਊ ਦਿੰਦੇ ਸੀ ਆ ਮਤਲਬ ਮੂਵੀਆਂ ਮਾਵੀਆਂ ਬਣਵਾਉਂਦੇ ਸੀ ਰਿਪੋਰਟਰਾਂ ਕੋਲੋਂ ਅਤੇ ਇਹ ਤਾਂ ਉੱਥੋਂ ਉਹ ਤਾਂ ਟਰਾਈ ਕਰਦੇ ਸੀ ਉਹਨਾਂ ਦਾ ਬੇਟਾ ਵੀ ਪਰ ਇਹ ਭਾਅ ਜੀ ਹੁਣੀ ਨਹੀਂ ਸੀ ਮੰਨਦੇ ਕਹਿੰਦੇ ਅਤੇ ਜਿਹੜਾ ਇੱਥੇ ਜੱਟ ਸੋਹਣੀ ਧਰਤੀ ਸੋਹਣੇ ਲੋਕ ਇਕਬਾਲ ਜੱਟ ਉਹਨਾਂ ਨੇ ਇਹਨਾਂ ਦੀ ਟੇਪ ਭਰੀ ਜ਼ਬਰਦਸਤੀ ਇਹ ਕਹਿੰਦੇ ਸੀ ਮੇਰਾ ਕੋਈ ਹੈ ਨਹੀਂ ਮੈਂ ਨਹੀਂ ਕਰਨੀ ਪਰ ਉਹਨਾਂ ਨੇ ਮਨਾ ਕੇ ਇਹਨਾਂ ਦੀ ਟੇਪ ਭਰੀ ਅਤੇ ਕੋਈ ਆਸਟ੍ਰੇਲੀਆ ਆ ਰਿਪੋਰਟਰ ਹੋਊ ਜਾਂ ਉੱਦਾਂ ਵੈਸੇ ਉਹਨਾਂ ਨੇ ਫਿਰ ਦੋਨਾਂ ਇਹਨਾਂ ਨੂੰ ਦੋਨਾਂ ਰਿਪੋਰਟਰਾਂ ਦੀਆਂ ਉਹ ਮੈਚ ਕੀਤੀਆਂ ਜਿਹੜੀਆਂ ਮੂਵੀਆਂ ਬਣਾਈਆਂ ਸੀ
फिर उन्होंने मेरे चाचा जी ने गलबात की, फिर मेरे चाचा जी ने मैनु पूछया तो मैं क्या भी मैनू तो आप गल करते हैं भी इदा है इदा है थानू सारा पता है तुम जो भी थानू पता तुम जाके मिलो। तो उन्होंने उस वेले टिकट भी बेटे ने कराई उसी बुक मेरे भरा ने, तो मैं उन्होंने भी कहा मैं क्या टिकट कैंसल करा चाचा जी हूँ ही एक बार मिल के आन। फिर करतारपुर साहब मिलन आए चाचा जी हूँ ही, तो एक मेरी मासी जी की बेटी सी, एक चाचा जी की, एक चाचा जी, तो तीन जने वो आए। उन्होंने तिना उधरों परमिशन मिली सी आना, तो ज्यादा जने चाहते सी इधरों, यह सारा टब्बर गए, ये हो गए 30-35 जने। ये तो जिदा जंज जाती होंगी बन तान के बहुत टोर ना गए बड़े उत्थे, इन्होंने गलबात की सारी। तो मैं सारी रात उस दिन सुती नहीं, रात सी उत्थे मैं अपना फोन से सारा देखती रही, इन्हों का बहुत वधिया लगा सारी गलबात हो गई। उस तो बाद साडा गलबात फोन ते हुंदी रही आ। आ छोटा मेरा भतीजा, रोज़ असी एक दूसरे ने फोन करते सी, पहला मैं भी कदे फोन नहीं सी चुकती, फिर मैं कोले ही रखना इहदा आ जाना, कदे दूजे भतीजियां दा आ जाना, सारी रात गलबात भाजी नाल भी गलबात हुंदी रही। निशानी कहिंदे सी एक तां दो अंगूठे सीगे, ते उन्होंने पूछिया भी इह नौं हैगा जिहड़ा थले दूसरा अंगूठा, इन्होंने दस्सिया नौं है। तो एक कहिंदे सी पट ते इत्थे नील कह दिंदे साडे लसण कहिंदे सी, कहिंदे भी पट ते लसण आ। तो फिर कहिंदे भी सानू भी नहीं पता, फिर बच्चियां ने देखिया उह दस्सिया, तो पहलां तो इन्हां दे बाल भी कट्टे हो सीगे, तीन निशानियां पक्कियां रल गई पहलां ही घर च ही। मैं चाचा जी नूं भी पुछिया सी मैं कि बाल क्यों कट्टे, कहिंदे भी ये सोहना बहुत सीगा ते काफ़ी मोटा ताज़ा सी, सोहना बहुत सी, कहिंदे इहनूं अंग्रेज़ बनाउण लग पिया सी इस करके बाल कट्टे हो सी। वो तिने निशानियां रल गई, चाचा जी उन्हां नूं यकीन हो गया। असी तो फिर जब देख लै तो फिर यकीन ही यकीन जी ब्लड मार करदा। तो उदों दे असी पीजे लई पहलां भाजी ने खुद मैनूं कहा सीगा भी भैण अजे ना आयो गर्मी बहुत आ, तुसीं आयो अक्तूबर च जां नवंबर च। फिर असी अक्तूबर च तां नहीं सितंबर च तां नहीं असी ट्राई नहीं कीती वीजे दी, असी अक्तूबर च कीती, दो महीना सानूं लंघ गया वीजा नहीं सी मिलता। फिर भी इदां आ, वो जिहड़ा मेरा भरा नाल आया सी चाचा जी दा बेटा, उन्हां दी काफ़ी जान पछाण सी, तो फिर उन्होंने वैनकूवरी काउंसलर नाल गलबात की, फिर सानूं वीजा देता 30 दिनों का। मेरे बेटे नूं भी 30 दिनों का नाल साडे मिलिया सी, तो उन्हें भी आना सी, वो थोड़ा जिहा बीमार हो गया, फिर उहदा असीं आप ही कैंसल किया। टिकट भी लई उसी, वीजा भी मिलिया सी, ते पिछले साल उन्हूं करोना बहुत हो गया सी, ते थोड़ी जी ऐतकी भी शिकायत हो गई सी, फिर उहदा कैंसल किया। पर मैनू तां इत्थे आउण लई कोई डर नहीं लगा, ते मेरे बच्चे जरूर डरदे सी, जिदा पेपरां च न्यूज़ सुनदे आ, टीवियां ते देखदे आ भी उत्थे पाकिस्तान वढ दिंदे आ, उह कर दिंदे, बच्चे इस करके डरदे सी। नहीं नहीं जी मैनू बिल्कुल नहीं लगा, एयरपोर्ट ते भी आ गए, उदा वैसे होटल बुक करवाए सीगे, ते जदों भतीजा मेरा लैण गया नाल जवेद भी गया सी, ते मैं कहा आपां हाजरी लवा चलीए होटल च, वो नहीं कहिंदे कोई लोड़ ही नहीं, असीं सीधे का सीधे असीं लाहौर, भतीजा आ भतीजे का बेटा, असी उहदे कोल दो रातां रहे हां, उत्थों असी रात रह के करतारपुर साहब गए हां, मत्था टेकिया, उहदा शुकराना कीता वाहिगुरू दा, दो तीन गुरद्वारे असी लाहौर भी देखे। 5 तरीक नूं इत्थे इत्थे घर आए हां, ते 5 तरीक नूं जिस वेले घर आए हां, उह कमाद ते लाइन लगी सी साडा स्वागत करने लई, असी तां बहुत खुश होए इस पाकिस्तान दे, असी बहुत बहुत शुक्रगुजार हां, सानूं बहुत ज़्यादा प्यार मिलिया। तो इस वेले मैं तो अपने एक वीर नूं लज्जण आई सी, तां मैनूं सारा पाकिस्तान मेरा अपना बन गया, सारे उत्थे कनेडा चों सानूं वधाइयां मिलदियां, सारे कनेडा चों हुण इत्थे भी आ गए हां, तां वी मगर फोन आउंदे आ, हर एक रोज़ 2-3 फोन आ जांदे आ, भैण किद्दां लगा, किद्दां वीर नूं मिले। मेरी एडी कु दोती आ, उह वी पुछदी सी अपनी माँ नूं वी मम्मी जदों मम्मी बीजी तां मामा जी मिले होणगे, किद्दां मिले होणगे, बच्चे भी साडे इन्ने इन्ने बहुत पुछदे आ, प्यार करदे आ, जा बहुत ज़्यादा खुश आ। 75 साल बाद अड़ीक करते रहे भी कद मिलीए, कद लज्जे, कदों असी वो दिन कद आऊगा जदों असी भैन भरा मिलेंगे, सारा परिवार मिलेंगे, तो हुण मिले आ, साडा सारा परिवार बहुत खुश आ, जिहड़े मेरे भतीजे भरा जिहड़े इंडिया जां कनेडा च, वह भी सारे सारा परिवार बहुत खुश आ, चाचे ताए भी, दो चाचे मेरे जींदे अजे, वह भी बहुत खुश आ। असी अपने घर भी गए 37 बार च भी घर देखिया, जमीना भी देखियां, वो जिहड़े सानू ओल्ड बंदे मिले सी, 100 साल तो भी उपर, उन्हें सारा दसिया,
हाथ कर कर इधर थोड़े मुरबे से अर्जन सिंह दे इधर हाकम सिंह दे सी इधर गंगा सिंह दे सी उन्होंने सारा याद से उन्हें सारा दसिया सन घर तो नहीं और रहे घर तो हूँ एक एक घर के दस दस भी घर बने हुआ तो उदा वो घर च भी असं गए हाँ तो मुरबे भी देखे अपने आने जाने का सानू यो कहने भी वीजा सानू ओपन वीजा होना चाहिए जो सा दिल करे असी आ सकीजिए दुख दे सुख दे टाइम असी भी हूँ सियाने भाजी भी हूँ 82 साल दे 3 साल मैं इन्हों तो छोटी हाँ सियाने हाँ ओल्ड हाँ तो असं भी चाहते हैं जी सा जिंदगी रही असी भैन भरा मिलिए गल्लां बातां करिए बैठ के साल 6 महीनों में एक दूसरे को जरूर आइए जाइए। मेरे नाम जी जुम्मा खान है साढ़े वालद साहब का नाम अब्दुल खालिक है जो कि पहला साढ़े वालद साहब का नाम जिहड़ा सी वो मोहन सिंह सीगा हुण साडी जिहड़ी फुफी साढ़े कोल आई है भूआ साडी उन्हां दा नाम निर्मल कोल है तो जिहड़े साढ़े फुफड़ जी आए हैं उन्हां दा नाम बलदीप सिंह बसरा है एक साढ़े चाचा जी हुणी भी आए सी उन्हां दा नाम हरिंदर सिंह निजर है वह भी हुण सानूं मिलन वास्ते आए सी कनेडा तो। देखो जी हुण साढ़े वालद साहब का नाम अब्दुल खालिक है जो कि पहला नाम इन्हां दा मोहन सिंह सी तो जिहड़े साढ़े दादा जी सी उन्हां दा नाम उधम सिंह सी उधम सिंह निजर पहलों सानूं इन्हां नावां दा नहीं सी पता हैगा लेकिन हुण जदों साडी जान पहचान होई साडी फैमिली जिहड़े ने साडा खून है चाहे उन्हां दा मज़हब सिख है लेकिन साडा खून तो है ना हुण उह साडे कोल आए ने तो सानूं उन्हां दे नावां दी पहचान उन्हां रिश्तियां दी पहचान हुण साडे दादा जी दे सानूं नां दा जदों पता लग्या तो असीं बकायदा उन्हां दे नां दा बोर्ड लाया जदों कि पहले असीं नां भी नहीं सी लिख सकते हुण सानूं इन्नी खुशी होई है कि असीं बयान नहीं कर सकते। जिस दिन साड़ी इत्थे जिहड़े साड़े फुफी साडे फुफड़ जी साडे चाचा जी आए ने तो इत्थे तकरीबन 400 बंदा सी जिन्हां ने उन्हां दा वेलकम किया तो 400 बंदा ही इत्थे रो रहा सी उस टाइम यानी कि ऐसा वो समा सी। साडे वालद साहब उन्होंने भी गुजारिश की है साडी फुफी जी उन्होंने भी कि पाकिस्तान कैनेडा इंडिया यानी कि जिन्हां कंट्रियां दे विच भी साडे फैमिली बैठी हैगी है उन्हां वास्ते आसानियां पैदा कीतियां जाए ताकि असी खुशी गमी के मौके पर एक दूसरे को आइए जाइए।